ਫਾਜ਼ਿਲਕਾ ਦੇ ਸਰਹੱਦੀ ਪਿੰਡ ਸ਼ਮਸ਼ਾਬਾਦ ਵਿੱਚ ਬੂਥ ਨੰਬਰ 16 ਦਾ ਬਾਈਕਾਟ। ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਸ਼ਮਸ਼ਾਬਾਦ ਦੇ ਵਸਨੀਕਾਂ ਨੇ ਬੂਥ ਨੰਬਰ 16 ਦਾ ਬਾਈਕਾਟ ਕੀਤਾ ਅਤੇ ਬਹੁਤ ਹੀ ਘੱਟ ਲੋਕ ਇਸ ਬੂਥ 'ਤੇ ਵੋਟ ਪਾਉਣ ਲਈ ਪੁੱਜੇ। ਲੋਕਾਂ ਵਿੱਚ ਇਸ ਗੱਲ ਦਾ ਰੋਹ ਹੈ ਕਿ ਉਹਨਾਂ ਦੇ ਪਿੰਡ ਦੀਆਂ ਵੋਟਾਂ ਸ਼ਮਸ਼ਾਬਾਦ ਤੋਂ ਕੱਟ ਕੇ ਇੱਕ ਨਵੀਂ ਟਾਣੀ ਬਣਾ ਕੇ ਉਸ ਨਾਲ ਜੋੜ ਦਿੱਤੀਆਂ, ਜਿਸ ਨੂੰ ਉਹ ਜਾਣਦੇ ਤੱਕ ਨਹੀਂ। ਇਸ ਮੌਕੇ 'ਤੇ ਪਿੰਡ ਵਾਸੀ ਅਤੇ ਪੋਲਿੰਗ ਪਾਰਟੀ ਦੇ ਇੰਚਾਰਜ ਇਕਬਾਲ ਸਿੰਘ ਨੇ ਕਿਹਾ, ਇਹ ਸਾਡਾ ਛੋਟਾ ਜਿਹਾ ਪਿੰਡ ਹੈ ਜੀ। ਇਹ ਛੋਟਾ ਜਿਹਾ ਪਿੰਡ 587 ਵੋਟ ਟੋਟਲ ਹੈਗੀ ਹੈ। ਇਹਦੇ ਵਿੱਚੋਂ ਜੀ 265 ਵੋਟਾਂ ਜਿਹੜੀਆਂ ਨੇ ਉਹ ਇੱਕ ਪਿੰਡ ਅਲੱਗ ਬਣਾਇਆ ਗਿਆ ਹਰਦੇਵ ਸਿੰਘ ਟਾਣੀ ਗ੍ਰਾਮ ਪੰਚਾਇਤ, ਜਿਹੜੀ ਕਿ ਉਹ ਸਾਡੇ ਪਿੰਡ ਦੇ ਵਿੱਚੋਂ ਦੀ ਨਹੀਂ ਹੈਗੀ, ਉਹ ਕਾਵਾਂਵਾਲੀ ਦੇ ਏਰੀਏ ਦੇ ਵਿੱਚ ਆਇਆ। ਕਾਵਾਂਵਾਲੀ ਦੇ ਵਿੱਚ ਏਰੀਏ ਦੇ ਵਿੱਚੋਂ ਇਹ ਪਿੰਡ ਨੂੰ ਅਲੱਗ ਕਰ ਦਿੱਤਾ ਗਿਆ, ਜਿਹੜਾ ਸਾਡੇ ਨਾਲ ਇਹ ਧੱਕਾ ਹੈ। ਇਸ ਕਰਕੇ ਹੋਇਆ ਕਿ ਇਹ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਨਰੇਗਾ ਦੇ ਉੱਤੇ ਸਕੀਮ ਦੇ ਉੱਤੇ ਕੰਮ ਚੱਲਦਾ ਸੀ ਅਤੇ ਉਹਦੇ ਵਿੱਚੋਂ ਧੋਖਾਧੜੀ ਦੇ ਨਾਲ ਇਹਨੇ ਜਾਲੀ ਦਸਖਤ ਕੁਝ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਅਤੇ ਇਹਨੇ ਉਹ ਸਾਡੇ ਪਿੰਡ ਨੂੰ ਅਲੱਗ ਕੀਤਾ। ਜਿਹੜਾ ਕਿ ਆਹ ਸਾਹਮਣੇ ਸਾਡੇ ਪਿੰਡ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਖੜ੍ਹੇ ਹਾਂ, ਇਹ ਪਿੰਡ ਦੇ ਵਿੱਚੋਂ ਘਰ ਕੱਢ ਕੇ ਅਤੇ ਉਹ ਟਾਣੀਆਂ ਜਿਹੜੀਆਂ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਟਾਣੀ ਹੈ ਹਰਦੇਵ ਸਿੰਘ ਦੇ ਨਾਂ ਦੀ, ਜਿਹੜੇ ਹਾਲਾਂਕਿ ਉਹ ਏਰੀਆ ਜਿਹੜਾ ਹੈਗਾ ਉਹ ਕਾਵਾਂਵਾਲੀ ਦੇ ਏਰੀਏ ਦੇ ਵਿੱਚ ਹੈ, ਉਹ ਸਾਡੇ ਪਿੰਡ ਦੇ ਨਹੀਂ ਹੈਗੀ। ਉਹ ਵੋਟ ਇਸ ਪਿੰਡ ਦੇ ਵਿੱਚ ਜ਼ਰੂਰ ਹੈ ਪਰ ਉਹ ਟਾਣੀ ਅਲੱਗ ਕਾਵਾਂਵਾਲੀ ਦੇ ਏਰੀਏ ਦੇ ਵਿੱਚ ਹੈਗੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਇਹ ਛੋਟਾ ਜਿਹਾ ਪਿੰਡ ਜਿਹੜਾ ਹੈ ਇਹ ਇਕੱਠਾ ਕੀਤਾ ਜਾਵੇ ਅਤੇ ਇਕੱਠੇ ਦੇ ਵਿੱਚ ਅਸੀਂ ਪੋਲ ਵੋਟ ਕਰਾਂਗੇ। ਅੱਜ ਅਸੀਂ ਬੂਥ ਇਸ ਕਾਰਨ 'ਤੇ ਬੰਦ ਕੀਤਾ ਹੋਇਆ। ਇਹਦੇ ਵਿੱਚ ਜੀ ਕੋਈ 5-4 ਵੋਟਾਂ ਗਈਆਂ ਹੋਣਗੀਆਂ, ਜਿਹੜੀ ਉਹ ਵੀ ਕਈ ਸ਼ਰਾਰਤੀ ਅਨਸਰ ਹੁੰਦੇ ਨੇ ਜਿਨ੍ਹਾਂ ਨੇ ਉਹ ਵੋਟਾਂ ਪਾਈਆਂ ਹੋਣਗੀਆਂ, ਬਾਕੀ ਤੁਹਾਡੇ ਬਾਕੀ ਸਾਡੇ ਵੱਲੋਂ ਕੋਈ ਵੋਟ ਨਹੀਂ ਪਾਈ ਜੀ। ਪਿੰਡ ਸ਼ਮਸ਼ਾਬਾਦ ਦੀ ਸਾਡੀ ਜੀ 585 ਵੋਟ ਹੈ ਜੀ ਸਾਰੀ ਟੋਟਲ। ਛੋਟਾ ਜਿਹਾ ਪਿੰਡ ਹੈ, ਉਹਦੇ 'ਚੋਂ 265 ਅਲੱਗ ਕੀਤੀਆਂ ਨੇ ਟਾਣੀਆਂ 'ਚੋਂ, ਟਾਣੀਆਂ ਅਲੱਗ ਪਿੰਡ ਬਣਾ ਤਾ ਨਹੀਂ, ਪਿੰਡ 'ਚ ਵੋਟਾਂ ਕੱਢ ਕੇ ਇਸ ਦੇ ਅਸੀਂ ਬਰਖਿਲਾਫ ਜ਼ਰੀਏ ਅਸੀਂ ਜਿਹੜਾ ਹੈ ਬੂਥ ਬਾਈਕਾਟ ਕੀਤਾ ਅਤੇ ਵੋਟ ਨਹੀਂ ਪਾਉਣੀ ਅਤੇ ਜਿਹੜਾ ਹੈ ਨਾ ਇਹ ਸਾਨੂੰ ਪਿੰਡ ਇਕੱਠਾ ਹੀ ਚਾਹੀਦਾ।